जमीनी प्लाट नूं लैके साबका विधायक दे परिवार ते चलियां गोलियां। घटना सीसीटीवी कैमरे दे विच होई कैद। बटाला दी पोश कॉलोनी अर्बन एस्टेट दे विच उस समय दहशत दा माहौल पैदा हो गया जदों जमीनी प्लाट नूं लैके एक गुट ने साबका विधायक स्वर्गी जगदीश राज सानी दे परिवार दे उत्ते ताबड़तोड़ गोलियां चलानियां शुरू कर दित्तियां। सारी घटना सीसीटीवी कैमरियां दे विच कैद हुई है। इस मौके साबका विधायक दी बेटी अंबिका खन्ना ने दसिया कि दोपहर दे समय पंजाब दे करीब कुछ लोग आए ते उन्हां दे वल्लों पहला इट्टां चलाईयां गईयां ते फिर फायरिंग करनी शुरू कर दी गई ते अपनी जान बचाने दे लई उन्हां दे वल्लों भी जवाबी फायरिंग की गई जिस दे चलदे उक्त लोग फरार हो गए। 3 ਵਜੇ ਲੱਗੇ ਤੱਕ ਦੀ ਗੱਲ ਹੈ। ਅਸੀਂ ਇੱਥੇ ਬੈਠੇ ਸੀ। ਇਹ ਮੇਰੀ ਜਗ੍ਹਾ ਬਹੁਤ ਪੁਰਾਣੀ ਹੈ, ਮੇਰੇ ਫਾਦਰ ਦੇ ਟਾਈਮ ਦੀ ਇੱਥੇ ਵਲੀ ਦੀ ਹੈ। ਮੈਂ ਇੱਥੇ ਗਾਰਡ ਰੂਮ ਬਣਾ ਰਹੀ ਸੀ ਕਿਉਂਕਿ ਮੈਨੂੰ ਖਤਰਾ ਸੀ ਕਿ ਕੋਈ ਕੋਈ ਦੇਖਦਾ ਕਿ ਇਹ ਲੜਕੀਆਂ ਰਹਿ ਗਈਆਂ, ਇਹਨਾਂ ਦੇ ਫਾਦਰ ਹੈ ਨਹੀਂ, ਕੋਈ ਮਿਲ ਸਪੋਰਟ ਹੈ ਨਹੀਂ ਹੈ ਅਤੇ ਇਹ ਕਿੱਥੇ ਕਿੱਥੇ ਰੱਖਦੀ ਹੈ ਅਤੇ ਕਿੱਥੇ ਗਾਰਡ ਬਣਾ ਦਈਏ ਤਾਂ ਕਿ ਸਾਡੀ ਪ੍ਰਾਪਰਟੀ ਨੂੰ ਕੋਈ ਡੈਮੇਜ ਨਾ ਕਰੇ। ਇਹ ਵੀ ਇਹਦੇ ਨਾਲ ਵੀ ਉਸ ਤੋਂ ਅੱਗੇ ਵੀ ਸਾਰੀ ਪ੍ਰਾਪਰਟੀ ਮੇਰੇ ਫਾਦਰ ਦੇ ਟਾਈਮ ਵੀ ਮੇਰੇ ਕੋਲ ਆ। ਅਸੀਂ ਇੱਥੇ ਬੈਠੇ ਸੀ ਅਤੇ 3 ਵਜੇ ਲੱਗੇ ਤੱਕ, ਉਸ ਤੋਂ ਪਹਿਲਾਂ 2 ਵਜੇ ਤੱਕ ਇੱਥੇ ਆਏ ਐਸ ਐਚ ਓ ਸਿਵਲ ਲਾਈਨ ਆਏ ਆ। ਉਹ ਕਹਿੰਦੇ ਤੁਸੀਂ ਇੱਥੇ ਕੰਮ ਬੰਦ ਕਰਾ ਦਿਓ। ਮੈਨੂੰ ਕਿਹਾ ਸਾਡੇ ਕੋਲ ਕੋਰਟ ਦਾ ਸਟੇ ਹੈ, ਇਹੋ ਜਿਹਾ ਕੋਈ ਮੈਟਰ ਨਹੀਂ ਹੈਗਾ। ਉਹਨਾਂ ਨੇ ਸਟੇ ਪੜ ਕੇ ਕਹਿੰਦੇ ਜੀ ਤੁਸੀਂ ਕੰਸਟਰਕਸ਼ਨ ਬੰਦ ਕਰਾ ਦਿਓ, 4 ਵਜੇ ਮੇਰੇ ਕੋਲ ਪੇਸ਼ ਹੋ। ਮੈਂ ਕਿਹਾ ਮੈਨੂੰ ਕੀ ਲੋੜ ਹੈ ਪੇਸ਼ ਹੋਣ ਦੀ, ਜੇ ਮੇਰੇ ਕੋਲ ਕੋਰਟ ਦਾ ਸਟੇ, ਕੋਰਟ ਮੈਨੂੰ ਕਾਲ ਕਰੇ ਕਿ ਮੈਂ ਜਾਊਂ ਕੰਮ ਡੱਕ ਦਿਓ। ਮੈਂ ਕਿਹਾ ਚਲੋ ਅਸੀਂ ਅਮਨ ਪਸੰਦ ਹੈ, ਕੰਮ ਡੱਕ ਦਿੰਦੇ ਹਾਂ, ਕੋਈ ਗੱਲ ਨਹੀਂ, ਕੰਮ ਡੱਕ ਕੇ ਅਸੀਂ ਕਿਹਾ ਚਲੋ ਲੰਚ ਕਰ ਲੈਂਦੇ। ਇੱਥੇ ਬੈਠੇ ਸੀ ਯਕਦਮ ਤਾਂ ਇਸ ਤਰ੍ਹਾਂ ਦੇ ਬਹੁਤ ਭੱਜਣ ਦੀ ਜ਼ੋਰ ਦੀ ਆਵਾਜ਼ ਹੀ ਠਾ ਠਾ। ਮੈਂ ਜਿੱਥੇ ਬੈਠੀ ਸੀ ਮੇਰੇ ਗੋਡੇ ਦੇ ਕੋਲ ਇੱਕ ਇੱਟ ਆਈ। ਮੈਂ ਕਿਹਾ ਇੱਟ ਕਿੱਥੋਂ ਆ ਗਈ ਜੀ? ਅਤੇ ਕਹਿੰਦੇ ਨਹੀਂ ਮਿਸਤਰੀਆਂ ਨੂੰ। ਮੈਂ ਕਿਹਾ ਤੁਸੀਂ ਕੀ ਕਰਦੇ? ਕਹਿੰਦੇ ਅਸੀਂ ਖਿਲਾਰਾ ਸਾਂਭਣੇ, ਅਸੀਂ ਇੱਟ ਤਾਂ ਨਹੀਂ ਸੁੱਟੀ। ਉਹ ਯਕਦਮ ਦੇਖਿਆ 5-6 ਇੱਟਾਂ ਹੀ, ਅਸੀਂ ਇੱਕਦਮ ਸੱਤੇ 'ਚ ਖੜ੍ਹੇ ਹੋਏ ਅਤੇ ਦੇਖਿਆ ਬਹੁਤ ਸਾਰੇ ਕੰਧ ਧੱਕਾ ਮਾਰ ਕੇ ਕੰਧ ਢਾਣ 'ਤੇ ਗੋਲੀਆਂ ਚੱਲਣ ਦੀ ਆਵਾਜ਼ ਆ ਗਈ। ਅਸੀਂ ਜਵਾਬੀ ਮੇਰੇ ਕੋਲ ਆਪਣਾ ਅਸਲਾ ਹੁੰਦਾ, ਮੈਂ ਬੇਟੇ ਨੂੰ ਆਵਾਜ਼ ਲਗਾਈ, ਉਹਨੇ ਮੇਰੇ ਹੱਥ 'ਚ ਮੇਰਾ ਅਸਲਾ ਫੜਿਆ, ਮੈਂ ਭੱਜ ਕੇ ਅੰਦਰੋਂ ਫਿਰ ਉਹਦਾ ਅਸਲਾ ਲੈ ਕੇ ਅਸੀਂ ਉੱਥੇ ਜਵਾਬੀ ਫਾਇਰ ਕੱਢੇ। ਮੇਰਾ ਬ੍ਰਦਰ ਅਤੇ ਮੇਰਾ ਬ੍ਰਦਰ ਨਾਲ ਛੱਤ 'ਤੇ ਚੜ੍ਹੇ, ਉੱਥੋਂ ਉਹਨਾਂ ਨੇ ਜਵਾਬੀ ਫਾਇਰ ਕੱਢੇ। ਉਹ ਘੱਟੋ ਘੱਟ 50-60 ਲੋਕ, ਮੇ ਵੀ ਜ਼ਿਆਦਾ ਵੀ ਹੋਣ। ਮੇਰੇ ਬਿਲਕੁਲ ਨਾਲ ਮੇਰਾ ਛੋਟਾ ਬੇਟਾ ਖੜਾ ਸੀ ਜਿਹਨੂੰ ਵੱਜਦੇ ਵੱਜਦੇ ਗੋਲੀ ਨਿਕਲੀ। ਮੈਂ ਪਹਿਲਾਂ ਬੱਚੇ ਅੰਦਰ ਕੀਤੇ ਆ, ਮੈਂ ਬੂਹੇ ਤੋਂ ਫਾਇਰ ਕਰਦੀ ਰਹੀ, ਮੇਰਾ ਬੇਟਾ ਅਤੇ 3 ਜਣੇ ਉੱਪਰੋਂ ਫਾਇਰ ਕਰਦੇ ਰਹੇ। ਅਸੀਂ ਜਵਾਬੀ ਫਾਇਰ ਕੀਤੇ, ਮੇ ਵੀ ਉਹਨਾਂ ਨੂੰ ਲੱਗੀ ਹੋਈ ਨਹੀਂ ਲੱਗੀ ਹੋਈ, ਬਟ ਅਸੀਂ ਆਪਣਾ ਬਚਾਅ ਕੀਤਾ। ਇੱਕ ਗੁਰਮੀਤ ਸਿੰਘ ਅਤੇ ਮਦਨ ਸੁਨਿਆਰੇ ਜਿਨ੍ਹਾਂ ਦੀ ਸਾਰੀ ਸ਼ੈ ਜਿਹੜਾ ਇਹ ਡਿਸਪਿਊਟ ਨੂੰ ਕ੍ਰੀਏਟ ਕਰਨਾ ਚਾਹੁੰਦੇ, ਵਧਾਉਣਾ ਚਾਹੁੰਦੇ, ਸੋਚਦੇ ਕਿ ਸਾਨੀ ਦੇ ਜਾਣ ਤੋਂ ਬਾਅਦ ਉਹਦੀ ਜਿੰਨੀ ਵੀ ਪ੍ਰਾਪਰਟੀ ਅਸੀਂ ਆਪਣਾ ਕਬਜ਼ਾ ਕਰ ਲਈ। 125 ਮਰਲੇ ਟੋਟਲ ਮੇਰੀ ਜਗ੍ਹਾ ਇਸ ਟਾਈਮ, 125 ਮਰਲੇ ਉਹਨਾਂ ਦਾ ਪਤਾ ਨਹੀਂ ਕਿਹਦੇ ਨਾਲ ਝਗੜਾ ਤੇ ਕਿਹਦੇ ਨਾਲ ਕਿੰਨੀ ਕੀਮਤ ਹੋਏਗੀ ਟੋਟਲ ਦੀ ਪਤਾ ਨਹੀਂ ਜੀ। ਜਦੋਂ ਜਿਹੜੀ ਆਪਣੀ ਜ਼ਮੀਨ ਦੀ ਤੇ ਕੋਈ ਆਪਣੀ ਬਣਾਉਂਦਾ ਵੀ ਨਹੀਂ ਨਾ, ਹੁਣ ਮੇਰੇ ਮਕਾਨ ਦੀ ਮੇਰੇ ਘਰ ਦੀ ਕੀ ਕੀਮਤ ਹੈ, ਮੈਂ ਕਿਉਂ ਦੱਸਾਂ ਮੈਂ ਕਿਹੜਾ ਵੇਚਣੀ। ਉੱਥੇ ਹੀ ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਦੇ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਤੇ ਨਾਲ ਹੀ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਜਿਹੜੇ ਲੋਕ ਫਰਾਰ ਹੋਏ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਅੰਬਿਕਾ ਖੰਨਾ ਮੈਡਮ ਦਾ ਗੁਰਮੀਤ ਸਿੰਘ ਨਾਲ ਕੋਈ ਪਲਾਟ ਜਿਹੜਾ ਜਿੱਥੇ ਆਪਾਂ ਖੜੇ ਹਾਂ ਉਹਦਾ ਰੌਲਾ ਸੀਗਾ, ਉਹਦੀ ਦਰਖਾਸਤ ਚੱਲ ਰਹੀ ਸੀਗੀ ਸਾਡੇ ਕੋਲ, ਉਸੇ ਕਰਕੇ ਇਹਨਾਂ ਨੇ ਕਿਹਾ ਹੈ ਕਿ ਇਹਨਾਂ ਤੇ ਫਾਇਰ ਗੁਰਮੀਤ ਸਿੰਘ ਦੀ ਪਾਰਟੀ ਨੇ ਕਰਾਇਆ। ਕਿੰਨੇ ਰਾਊਂਡ ਫਾਇਰ ਹੋਏ ਸੀ? 20-25 ਰਾਊਂਡ ਇਹਨਾਂ ਦੇ ਮੁਤਾਬਿਕ ਹੈਗਾ ਕਿ 20-25 ਰਾਊਂਡ ਫਾਇਰ ਕੀਤੇ ਨੇ, 20-25-30 ਰਾਊਂਡ ਇਹਨਾਂ ਵੱਲੋਂ ਵੀ ਫਾਇਰ ਕੀਤੇ ਗਏ ਨੇ, ਇਹਨਾਂ ਨੇ ਵੀ ਕੀਤੇ। ਕਿੰਨੇ ਬੰਦੇ ਸੀ ਟੋਟਲ ਉਹਨਾਂ ਵੱਲੋਂ? ਇਹਨਾਂ ਦੇ ਕਹਿੰਦਾ ਹੀ ਹੈ ਜੀ, ਆਪਾਂ ਵੈਰੀਫਾਈ ਕਰ ਰਹੇ ਹਾਂ ਵੈਸੇ, ਜਿਹੜੀ ਸੀਸੀਟੀਵੀ ਫੁਟੇਜ ਦੇਖੀ ਉਹਦੇ 'ਤੇ ਉਹ ਕਿਉਂ, ਕਿਉਂਕਿ ਕੈਮਰਾ ਜਿਹੜਾ ਉਹ ਦੂਰ ਲੱਗਿਆ ਸੀਗਾ, ਇਸ ਕਰਕੇ ਐਗਜੈਕਟ ਨੰਬਰ ਆਫ ਪੀਪਲ ਆਪਾਂ ਸਰਟੇਨ ਨਹੀਂ ਕਰ ਸਕਦੇ। ਬਾਕੀ ਇਹਨਾਂ ਦੇ ਕਹਿਣ ਦੇ ਮੁਤਾਬਿਕ ਹੈਗਾ ਜੀ 40-45 ਬੰਦੇ ਸੀਗੇ। ਕੋਈ ਜ਼ਖਮੀ ਵੀ ਹੋਏ? ਜ਼ਖਮੀ ਹੁਣ ਤੱਕ ਦੀ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਕਿ ਜ਼ਖਮੀ। ਕੀ ਕਾਰਵਾਈ ਕੀਤੀ ਜਾਵੇ? ਆਪਾਂ ਪਰਚਾ ਦਰਜ ਕਰ ਰਹੇ ਹਾਂ ਔਰ ਰੇਡ ਕਰ ਰਹੇ ਹਾਂ, ਝਗੜਾ ਫੜਾਂਗੇ ਬੰਦੇ। ਥੈਂਕ ਯੂ। ਦਾ ਸਮਰ ਨਿਊਜ਼ ਲਈ ਬਟਾਲਾ ਤੋਂ ਵਿੱਕੀ ਮਲਿਕ ਦੀ ਰਿਪੋਰਟ।